ਜਿਹੜੀ ਪੰਜਾਬ ਸਰਕਾਰ ਪਾਲਿਸੀ ਬਣਾ ਰਹੀ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ ਜੀ ਵੀ ਅਸੀਂ ਠੇਕੇਦਾਰੀ ਬੰਦ ਕਰਕੇ ਹੁਣ PSIDC ਦੇ ਥਰੂ ਅਸੀਂ ਵੇਚਾਂਗੇ। ਠੇਕੇਦਾਰ ਤੇ ਠੇਕੇਦਾਰੀ ਕਰਦਾ ਸੀ, ਚੌਂਕੀਦਾਰੀ ਕਰਦਾ ਸੀ। ਫੋਰ ਐਗਜ਼ਾਮਪਲ 50 ਮਾਈਨਿੰਗ ਇਹਨਾਂ ਨੇ ਆਕਸ਼ਨ ਕਰਤੀਆਂ ਤੇ ਉੱਥੇ ਠੇਕੇਦਾਰਾਂ ਨੇ ਇਹ ਵੇਖਣਾ ਵੀ ਸਾਡੀ ਉਸ ਜਗ੍ਹਾ ਤੋਂ ਕੋਈ ਰੇਤ ਜਾਂ ਬਜਰੀ ਕੋਈ ਵੀ ਹੈ ਚੋਰੀ ਨਾ ਹੋਵੇ। ਤੇ ਕਰਦੇ ਕੀ ਸੀ ਵੀ 50 ਮਾਈਨਾਂ ਹੀ ਦੂਜੀਆਂ ਸੀ ਇਲੀਗਲ, ਉਹ ਜਿਹੜੀ ਇਲੀਗਲ ਮਾਈਨਿੰਗ ਦੇ ਨਾਲ ਇਹ ਰੇਤਾ ਆਪ ਵੇਚਦੇ ਰਹੇ ਔਰ ਇਹਨਾਂ ਦੇ ਜਿਹੜੇ ਸਾਰੇ ਬੰਦੇ ਵੇਚਦੇ ਰਹੇ। ਇਹੋ ਹੀ ਸਰਕਾਰ ਨੇ ਦੁਬਾਰਾ ਲੁੱਟ ਦਾ ਇੱਕ ਨਵਾਂ ਢੰਗ ਬਣਾ ਲਿਆ।